ਹਾਂਜੀ ਸੱਜਣੋ ਕੀ ਹਾਲ ਚਾਲ ਨੇ ਉਮੀਦ ਕਰਦਾਂ ਕਿ ਠੀਕ ਠਾਕ ਹੋਰ ਤਗੜੇ ਹੋਵੋਗੇ ਜਿਵੇਂ ਕਿ ਸਭ ਦੋਸਤ ਜਾਣਦੇ ਹੋ ਮੈਂ ਤੁਹਾਡਾ ਆਪਣਾ ਤਲਹਾ ਲੱਲੀ ਅੱਜ ਕੋਈ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਗਰ ਅੱਛੀਆਂ ਲੱਗਣ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਓ ਕਹਿੰਦੇ ਆ ਕਿਸੇ ਅੰਗਲ ਟੁੱਕਣ ਤੋਂ ਪਹਿਲੋਂ ਇਹ ਗੱਲ ਸੋਚ ਲਿਆ ਕਰੋ ਕਿ ਅਗਰ ਇੱਕ ਅੰਗਲ ਤੁਸੀਂ ਕਿਸੇ ਹਾਲ ਕਰੋਗੇ ਆ ਤਿੰਨ ਅੰਗਲਾਂ ਤੁਹਾਡੇ ਆਪਣੇ ਹੱਲ ਵੀ ਹੈ ਨੇ ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲੋਂ ਸੋਚ ਲਿਆ ਕਰੋ ਕਿ ਤੁਸੀਂ ਆਪ ਕਿਦਾਂ ਦੇਓ ਤੇ ਮੈਨੂੰ ਬਾਬਾ ਜੀ ਬੁੱਲੇ ਸ਼ਾਹ ਦੀ ਉਹ ਗੱਲ ਯਾਦ ਆ ਗਈ ਕਿ ਫਰਮਾਉਂਦੇ ਨੇ ਕਿ ਬੁਰੇ ਬੰਦੇ ਨੂੰ ਲੱਭਣ ਤੁਰਿਆ ਬੁਰਾ ਲੱਭਾ ਨਾ ਕੋਈ ਹੋ ਜਦ ਮੈਂ ਅੰਦਰ ਝਾਤੀ ਪਾਈ ਮੇਥੋਂ ਬੁਰਾ ਨਾ ਕੋਈ ਇਹ ਗੱਲਾਂ ਬਦੁਰਗਾ ਨੇ ਸੱਚੀਆਂ ਤੇ ਖਰੀਆਂ ਹੀ ਗਈਆਂ ਨੇ ਕਿਤੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਇਹ ਗੱਲ ਵੇਖ ਲਿਆ ਕਰੋ ਕਿ ਤੁਸੀਂ ਆਪ ਕਿਦਾਂ ਦੇ ਹੋ ਇਹਨਾਂ ਗੱਲਾਂ ਬਾਤਾਂ ਦੇ ਰਿਲੇਟਿਡ ਇੱਕ ਸ਼ਾਰਟ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਇੱਕ ਗਰੀਬ ਘਰ ਹੁੰਦਾ ਉਹਦੇ ਵਿੱਚ ਦੋ ਫਰਦ ਹੁੰਦੇ ਨੇ ਇੱਕ ਮੀਆਂ ਇੱਕ ਬੀਵੀ ਉਹਨਾਂ ਕੋਲ ਕੋ ਚਾਰ ਪੰਜ ਬੱਕਰੀਆਂ ਹੁੰਦੀਆਂ ਨੇ ਉਹ ਆਪਣਾ ਨਿਜ਼ਾਮ ਉਹਨਾਂ ਬੱਕਰੀਆਂ ਤੋਂ ਹੀ ਚਲਾਉਂਦੇ ਨੇ ਕਿ ਸਭ ਕੁਝ ਉਹਨਾਂ ਦਾ ਉਹ ਬੱਕਰੀਆਂ ਹੀ ਹੁੰਦੀਆਂ ਨੇ ਉਹਨਾਂ ਦਾ ਦੁੱਧ ਜਮ੍ਹਾਂ ਕਰਕੇ ਉਹਨੂੰ ਜਾਗ ਲਾ ਕੇ ਉਹਦਾ ਮੱਖਣ ਕੱਢ ਕੇ ਉਹਨੂੰ ਗਰਮ ਕਰਕੇ ਉਹਦਾ ਘਿਓ ਕੱਢਦੇ ਨੇ ਤੇ ਘਰ ਦੀ ਕਹਿੰਦੀ ਆ ਕਿ ਨਾ ਘਰ ਸੌਦਾ ਖਤਮ ਹੋਇਆ ਹੈ ਚੀਨੀ ਪੱਤੀ ਨਾ ਖਤਮ ਹੋ ਗਈ ਹੈ ਉਹਦਾ ਬੰਦਾ ਕਹਿੰਦਾ ਕਿ ਚਲੋ ਅਖੀਓ ਇਕੱਠਾ ਹੋਇਆ ਹੈ ਵੇਚ ਕੇ ਤੇ ਆਪਾਂ ਸੌਦਾ ਲੈ ਆਉਨੇ ਆ। ਉਹ ਘਿਓ ਲੈ ਜਾਂਦਾ ਤੇ ਸ਼ਹਿਰ ਚਲਾ ਜਾਂਦਾ। ਸ਼ਹਿਰ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਕਿ ਮੈਂ ਘਿਓ ਵੇਚਣਾ। ਤੂੰ ਬਾਹਰ ਹੀ ਵੇਚਣਾ ਮੈਂ ਇਨੇ ਚ ਰੱਖ ਲੈਣਾ ਮੈਨੂੰ ਦੇ ਦੇ। ਉਹਦਾ ਚਲੋ ਬਾਹਰ ਹੀ ਵੇਚਣਾ। ਮੈਂ ਤੂੰ ਰੱਖ ਲੈ। ਉਹ ਦੇਖ ਉਹਦੇ ਤਬਾਦਲੇ ਦੇ ਵਿੱਚ ਕੋਈ ਚੀਨੀ ਕੋਈ ਪੱਤੀ ਕੋ ਘਿਓ ਲੈ ਲੈਂਦਾ। ਸਾਰਾ ਸਮਾਨ ਲੈ ਕੇ ਤੇ ਵਾਪਸ ਪਿੰਡ ਆ ਜਾਂਦਾ। ਤੇ ਮਗਰੋਂ ਦੁਕਾਨਦਾਰ ਕਿਉਂ ਤੋਲਦਾ ਤੇ ਕਿਉਂ ਹੁੰਦਾ 900 ਗ੍ਰਾਮ ਤੇ ਬੜਾ ਨਾ ਮਗਰੋਂ ਬੁਰਾ ਭਲਾ ਕਹਿੰਦਾ ਕਿ ਮੇਰੇ ਨਾਲ ਤੂੰ ਭੁੱਖਾ ਫਰਾਡ ਕਰ ਗਿਆ ਮੈਨੂੰ ਕਿਲੋ ਕਿਹਾ ਸੀ ਤੇ ਇਹ 900 ਗ੍ਰਾਮ ਹੋਇਆ ਅਖੀਰ 2 ਕੁ ਮਹੀਨੇ ਲੰਘ ਦੇਨੇ ਤੋਂ ਉਹ ਫੇਰ ਕਿਉਂ ਇਕੱਠਾ ਕਰਕੇ ਨਾ ਦੁਕਾਨ ਤੇ ਆਉਣ ਰਿਹਾ ਹੁੰਦਾ ਤੇ ਦੂਰੋਂ ਹੀ ਉਹਨੂੰ ਵੇਖ ਕੇ ਨਾ ਬੁਰਾ ਭਲਾ ਕਹਿਣ ਲੱਗ ਪੈਂਦਾ ਤੇ ਆਪਣੇ ਮੁਲਾਜ਼ਮਾਂ ਨੂੰ ਕਹਿੰਦਾ ਕਿ ਇਸ ਥੋਖੇਬਾਜ਼ ਫਰਾਡ ਆਦਮੀ ਨੂੰ ਨਾ ਮੇਰੀ ਦੁਕਾਨ ਤੇ ਨਾ ਚੜਨ ਦਿਓ ਬੰਦਾ ਕਹਿੰਦਾ ਕਿ ਮੈਂ ਯਾਰ ਤੇਰੇ ਨਾਲ ਕਿਹੜਾ ਧੋਖਾ ਕੀਤਾ ਤੂੰ ਮੈਨੂੰ ਧੋਖੇਬਾਜ਼ ਤੇ ਫਰਾੜ ਆਦਮੀ ਕਹੀ ਜਾਣਾ ਕਹਿੰਦਾ ਤੂੰ ਮੈਨੂੰ ਪਿਛਲੀ ਵਾਰੀ ਕਿਲੋ ਘਿਓ ਦੇ ਕੇ ਗਿਆ 900 ਗ੍ਰਾਮ ਹੋਇਆ ਕਹਿੰਦਾ ਕਿ ਮੈਂ ਗਰੀਬ ਆਦਮੀ ਆ ਮੇਰੇ ਕੋਲ ਤਾਂ ਵੱਟੇ ਲੈਣ ਦੀ ਵੀ ਹਿੰਮਤ ਨਹੀਂ ਹੈਗੀ ਤੋਲਣ ਵਾਲੇ ਮੇਰੇ ਕੋਲ ਇੱਕ ਤਰਾਜ਼ੂ ਹੈ ਘਰ ਤੇਰੇ ਕੋਲ ਜਿਹੜੀ ਕਿਲੋ ਚੀਨੀ ਲੈ ਕੇ ਜਾਣਾ ਇੱਕ ਸਾਈਡ ਤੇ ਉਹ ਰੱਖ ਕੇ ਦੂਸਰੀ ਸਾਈਡ ਤੇ ਘਿਓ ਕਿਲੋ ਤੋਲ ਲੈਣਾ ਸਾਵੇਂ-ਸਾਵੇਂ ਕਰਕੇ ਲੈ ਆਉਣਾ ਬਰਾਬਰ ਤੇ ਮੈਂ 2 ਨੰਬਰੀ ਕਿਸੇ ਨਾਲ ਤੇਰੇ ਨਾਲ ਕੀਤੀ। ਤੇ ਉਸ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ। ਕਿ ਮੈਂ ਖੁਦ ਨਾਪ ਤੋਲ ਤੇ 2 ਨੰਬਰੀ ਕਰਦਾ ਤੇ ਮੈਂ ਇਹਨੂੰ ਕਹਿ ਰਿਹਾ। ਸੋ ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਕਿ ਤੁਸੀਂ ਆਪ ਕਿਸ ਤਰ੍ਹਾਂ ਦੇ ਹੋ। ਤੇ ਉਹ ਬੰਦਾ ਇਹ ਗੱਲ ਕਹਿ ਕੇ ਉਹਦੀ ਦੁਕਾਨ ਤੋਂ ਉੱਤਰ ਜਾਂਦਾ ਹੈ ਕਿ ਤੂੰ ਮੇਰੇ ਨਾਲ ਕੀ ਲੈਣ ਦੇ ਨਹੀਂ ਕਰਨਾ। ਮੈਂ ਇਹੋ ਜਿਹੇ ਧੋਖੇਬਾਜ਼ ਤੇ ਦੋ ਨੰਬਰ ਆਦਮੀ 나ਪ ਤੋਲ ਚ ਹਿਰਾਫੇਰੀ ਕਰਨ ਵਾਲੇ ਬੰਦੇ ਦੇ ਨਾਲ ਮੈਂ ਖੁਦ ਲੈਣ ਦੇ ਨਹੀਂ ਕਰਨਾ ਚਾਹੁੰਦਾ ਉਹ ਇੰਨੀਆਂ ਗੱਲਾਂ ਕਹਿ ਕੇ ਉਹਦੀ ਦੁਕਾਨ ਤੋਂ ਚਲਾ ਜਾਂਦਾ ਸੋ ਅਗਰ ਇਹ ਗੱਲਾਂ ਬਾਤਾਂ ਆਪਣੀਆਂ ਚੰਗੀਆਂ ਲੱਗਣ ਤੇ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਓ ਇਦਾਂ ਹੀ ਹੱਸਦੇ ਤੇ ਵਸਦੇ ਰਹੋ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਓਕੇ ਜੀ ਰੱਬ ਰਾਖਾ